ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਤੁਹਾਨੂੰ ਪਤਾ ਕਿ ਅਸੀਂ ਪੱਖ ਦੇ ਮੁੱਦਿਆਂ 'ਤੇ ਆਮ ਹੀ ਗੱਲਬਾਤ ਕਰਦੇ ਰਹਿੰਦੇ ਹਾਂ, ਪਰ ਅੱਜ ਇੱਥੇ ਜਿੱਥੇ ਆਪਾਂ ਗ੍ਰੰਥੀ ਸਿੰਘਾਂ ਦੀ ਗੱਲ ਕਰਦੇ, ਗੁਰੂ ਘਰ ਦੇ ਵਜ਼ੀਰ ਕਹਾਉਣ ਵਾਲੇ ਦੀ ਅੱਜ ਆਰਥਿਕ ਹਾਲਾਤ ਕਿੱਥੇ ਤੱਕ ਰਹਿ ਚੁੱਕੀ ਆ। ਅਸੀਂ ਇੱਦਾਂ ਦਾ ਹੀ ਸਾਡੇ ਕੋਲ ਕੇਸ ਆਇਆ ਸੀ, ਜਿਹੜੇ ਇੱਕ ਗ੍ਰੰਥੀ ਸਿੰਘ ਸੀ SCPC ਵੱਲੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸੀ, ਉਹ ਸੇਵਾ ਨਿਭਾ ਰਹੇ ਸੀਗੇ ਅਤੇ ਪਰ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਮਿਲੀਆਂ। ਇੱਕ ਸਾਲ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ, ਜਿਹੜਾ ਕਿ ਇੱਕ ਸਾਲ ਤੋਂ ਉਹ ਮੰਜੇ 'ਤੇ ਪਏ ਹੋਏ ਸੀ, ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ। ਅੱਜ ਅਸੀਂ ਹੋਸਪਿਟਲ ਪਹੁੰਚੇ ਹਾਂ, ਅੱਜ ਉਹਨਾਂ ਦਾ ਆਪਰੇਸ਼ਨ ਸੀਗਾ ਜਿਹੜਾ ਕਿ ਸਿੱਖ ਰਿਲੀਫ UK ਸੰਸਥਾ ਵੱਲੋਂ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ। ਆਓ ਆਪਾਂ ਬੂਟਾ ਸਿੰਘ, ਜਿਹੜੇ ਗ੍ਰੰਥੀ ਸਿੰਘ ਸੀ, ਉਹਨਾਂ ਨਾਲ ਮਿਲਦੇ ਹਾਂ ਅਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਹਾਂ। ਦਰਸ਼ਕੋ, ਇਹ ਜਿਹੜੇ ਤੁਸੀਂ ਮਰੀਜ਼ ਦੇਖ ਰਹੇ ਹੋ, ਇਹ ਹੈਗੇ ਬੂਟਾ ਸਿੰਘ, ਜਿਹੜੇ ਕਿ SCPC ਦੇ ਮੈਂਬਰ ਸੀਗੇ, ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸੀ, ਅਤੇ ਨਾਲ ਹੀ ਸਾਡੇ ਉਹਨਾਂ ਦੇ ਬੇਟਾ ਜੀ ਵੀ ਨੇ। ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਕਦੋਂ ਤੋਂ ਉਹ ਸੇਵਾ ਨਿਭਾ ਰਹੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਪਹਿਲਾਂ ਤਾਂ ਆਪਾਂ ਇਹ ਪੁੱਛਣਾ ਚਾਹੁੰਦੇ ਕਿ ਆਪ ਜੀ ਦੇ ਜਿਹੜੇ ਪਿਤਾ ਸੀਗੇ, ਉਹ ਕਿੰਨੇ ਤੋਂ ਕਿੰਨਾ ਟਾਈਮ ਉਹਨਾਂ ਨੇ ਸਰਵਿਸ ਕੀਤੀ ਹੈ ਜਿਹੜੀ SCPC ਦੇ ਵਿੱਚ? ਉਹਨਾਂ ਨੇ 86 ਤੋਂ ਲੈ ਕੇ 2015 ਤੱਕ ਕੀਤੀ ਹੈ ਜੀ। ਅਤੇ ਜਦੋਂ ਇਹਨਾਂ ਕੀ ਘਟਨਾ ਵਾਪਰੀ ਸੀ ਇਹਨਾਂ ਨਾਲ? ਇਹਨਾਂ ਨੇ ਫਾਟਕਾਂ ਦੇ ਵਿੱਚ ਜਦੋਂ ਇੱਕਦਮ ਫਾਟਕ ਖੁੱਲਦੇ ਆ ਜੀ, ਅਤੇ ਉਦੋਂ ਮੋਟਰਸਾਈਕਲ ਲੱਗ ਗਿਆ ਸੀਗਾ ਜੀ ਲੱਤ ਦੇ ਨਾਲ, ਅਤੇ ਉਹਨਾਂ ਦੇ ਨਾਲ ਹੱਡੀ ਅਤੇ ਇਨਫੈਕਸ਼ਨ ਅੰਦਰੋਂ ਹੋ ਗਈ ਹੱਡੀ ਨੂੰ ਲੱਤ ਦੇ ਵਿੱਚ, ਅਤੇ ਅਸੀਂ ਪੈਰ 'ਤੇ ਪੱਟੀ ਕਰਾਉਂਦੇ ਰਹੇ, ਚਲੋ ਪੈਰ ਦੇ ਉੱਤੋਂ ਹੀ ਲੰਘ ਗਿਆ ਮੋਟਰਸਾਈਕਲ। ਤਾਂ ਫਿਰ ਅਸੀਂ ਕੁਝ ਟਾਈਮ ਬਾਅਦ ਧਿਆਨ ਦਿੱਤਾ ਤਾਂ ਵਿੱਚੋਂ ਅੰਦਰੋਂ ਲੱਤ ਖਰਾਬ ਹੋਣੀ ਸ਼ੁਰੂ ਹੋ ਗਈ, ਅਤੇ ਜਿਹਦੇ ਕਰਕੇ ਫਿਰ ਇੰਨਾ ਸਾਨੂੰ ਘਾਲਣਾ ਘਾਲਣੀ ਪਈ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਸਾਲ ਇਹਨਾਂ ਦੀ ਲੱਤ ਖਰਾਬ ਹੋ ਗਈ ਸੀਗੀ, ਔਰ ਜਦੋਂ ਇਹ ਡਿਊਟੀ ਕਰ ਰਹੇ ਸੀਗੇ ਕਿ ਉਹ ਜਿੱਥੇ ਆਪਾਂ SCPC ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਸਾਥ ਦੇਣਾ ਹੁੰਦਾ, ਅਗਰ ਉਹਨਾਂ ਦੇ ਮੈਂਬਰ ਨੂੰ ਕੁਝ ਹੋ ਜਾਂਦਾ ਤਾਂ ਫਿਰ ਕਿਉਂ ਨਹੀਂ ਉਹਨਾਂ ਨੇ ਤੁਹਾਡਾ ਆ ਕੇ ਸਾਥ ਦਿੱਤਾ? ਕੀ ਉਹਨਾਂ ਨੇ ਤੁਹਾਨੂੰ ਬਿਲਕੁਲ ਜਵਾਬ ਦੇ ਦਿੱਤਾ ਸੀਗਾ ਕਿ ਅਸੀਂ ਕੁਛ ਨਹੀਂ ਕਰ ਸਕਦੇ? ਹਾਂਜੀ, ਉਹਨਾਂ ਨੇ ਸਾਥ ਨਹੀਂ ਦਿੱਤਾ ਜੀ ਸਾਡਾ, ਉਹਨਾਂ ਨੇ ਤਾਂ ਸਾਨੂੰ ਘਰੇ ਭੇਜ ਦਿੱਤਾ ਸੀਗਾ ਜੀ। ਅਤੇ ਜਿਹੜੇ ਗੁਰੂ ਘਰ ਦੇ ਵਿੱਚ ਆਪ ਜੀ ਦੇ ਪਿਤਾ ਜੀ ਡਿਊਟੀ ਕਰ ਰਹੇ ਸੀ, ਕਿ ਉਹਨਾਂ ਵੱਲੋਂ ਵੀ ਉੱਥੇ ਕੋਈ ਸੰਗਤ ਦਾ ਸੰਗਤ ਨੇ ਸਹਿਯੋਗ ਨਹੀਂ ਦਿੱਤਾ? ਨਹੀਂ ਜੀ, ਕੋਈ ਸਹਿਯੋਗ ਨਹੀਂ ਦਿੱਤਾ ਜੀ। ਜਿੱਥੇ ਗੱਲ ਸੁਣੀ ਜਾਂਦੀ ਹੈ ਕਿ ਜਦੋਂ ਇੱਕ ਸਾਲ ਉਹ ਮਰੀਜ਼ ਆਪਣੇ ਘਰ ਇੱਕ ਬੈੱਡ 'ਤੇ ਪਏ ਰਹੇ, ਮੰਜੇ 'ਤੇ ਉਹਨਾਂ ਨੇ ਆਪਣਾ ਇੱਕ ਸਾਲ ਬਿਤਾਇਆ, ਤਾਂ ਕਿਹੜੇ ਸੰਸਥਾ ਸੀ ਫਿਰ, ਕਿੰਨਾ ਨੇ ਤੁਹਾਡਾ ਸਹਿਯੋਗ ਦਿੱਤਾ ਜਿਹੜਾ ਕਿ ਅੱਜ ਇੱਕ ਆਪਰੇਸ਼ਨ ਤੁਹਾਡਾ ਤੁਹਾਡੇ ਪਿਤਾ ਜੀ ਦਾ ਸਕਸੈਸਫੁਲ ਹੋ ਚੁੱਕਾ? ਹਾਂਜੀ, ਸਿੱਖ ਰਿਲੀਫ ਸੰਸਥਾ ਨੇ ਸਾਡੀ ਮਦਦ ਕੀਤੀ ਹੈ ਜੀ, ਹੁਣ ਜਿਨ੍ਹਾਂ ਦੇ ਬਦੌਲਤ ਸਾਡੇ ਪਿਤਾ ਜੀ ਦਾ ਆਪਰੇਸ਼ਨ ਹੋਇਆ ਜੀ। ਵੈਸੇ ਇੱਕ ਸਾਲ ਤੋਂ ਅਸੀਂ ਪਹਿਲਾਂ ਵੀ ਆਪਰੇਸ਼ਨ ਕਰਵਾਇਆ, ਟ੍ਰੀਟਮੈਂਟ ਚੱਲ ਰਿਹਾ ਸੀ ਪਰ ਠੀਕ ਨਹੀਂ ਆਇਆ ਜੀ, 4-5 ਲੱਖ ਰੁਪਇਆ ਲਾ ਦਿੱਤਾ, ਪਰ ਹੁਣ ਅਸੀਂ ਸਾਡੇ ਕੋਲ ਪੈਸਾ ਵੀ ਨਹੀਂ ਰਿਹਾ ਸੀ। ਫਿਰ ਅਸੀਂ ਸੰਸਥਾ ਨਾਲ ਗੱਲ ਕਰਕੇ, ਉਹਨਾਂ ਨਾਲ ਕੰਟੈਕਟ ਕਰਕੇ ਸਾਡੀ ਉਹਨਾਂ ਨੇ ਮਦਦ ਕਰੀ ਜੀ, ਅਸੀਂ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰ ਵੀਰ ਜੀ, ਆਪਾਂ ਗੱਲ ਕਰਦੇ, ਤੁਸੀਂ ਵੀ ਯੂਥ ਹੋ, ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋ, ਗ੍ਰੰਥੀ ਸਿੰਘਾਂ ਦੇ ਹਾਲਾਤ ਕਿੰਨੇ ਮਾੜੇ ਹੋ ਚੁੱਕੇ, ਤੁਸੀਂ ਉਹਨਾਂ 'ਤੇ ਕੀ ਕਹਿਣਾ ਚਾਹੋਗੇ? ਗ੍ਰੰਥੀ ਸਿੰਘਾਂ ਦਾ ਹਾਲਾਤ ਤਾਂ ਜੀ ਗੱਲ ਕਰੀ ਜੀ, ਬਹੁਤ ਮਾੜੇ ਹਾਲਾਤ ਨੇ ਜੀ। ਤਨਖਾਹਾਂ ਵੀ ਜਿੱਥੇ ਵੀ ਪੁੱਛ ਲਓ 3,000, 4,000, 5,000 ਤੋਂ ਜ਼ਿਆਦਾ ਤਨਖਾਹ ਨਹੀਂ, ਰਿਹਾਇਸ਼ ਨਹੀਂ ਬਿਲਕੁਲ ਠੀਕ, ਰਿਹਾਇਸ਼ ਨਹੀਂ, ਬੁਰੇ ਹਾਲਾਤ ਨੇ ਜੀ। ਕੋਈ ਵੀ ਗ੍ਰੰਥੀ ਬਣਨ ਦੇ ਲਈ ਤਿਆਰ ਨਹੀਂ, ਮੈਂ ਖੁਦ ਗ੍ਰੰਥੀ ਬਣਨ ਦੇ ਲਈ ਤਿਆਰ ਨਹੀਂ ਜੀ, ਪਰ ਮੇਰੇ ਪਿਤਾ ਜੀ ਗ੍ਰੰਥੀ ਨੇ, ਪਰ ਮੈਂ ਤਿਆਰ ਨਹੀਂ ਹੈਗਾ ਜੀ ਗ੍ਰੰਥੀ ਬਣਨ ਦੇ ਲਈ। ਕਿਉਂ ਤੁਸੀਂ ਸਿੱਖ ਸੰਸਥਾ ਨਾਲ ਜੁੜੇ ਹੋਏ ਹਾਂ, ਸਿੱਖੀ ਦਾ ਰੂਪ ਧਾਰਨ ਕੀਤਾ ਸੀ, ਅਸੀਂ ਸਿੱਖੀ ਸੰਸਥਾ ਨਾਲ ਜੁੜੇ ਰਹਾਂਗੇ, ਪਰ ਅਸੀਂ ਇਸ ਨੂੰ ਰੁਜ਼ਗਾਰ ਸਮਝ ਕੇ ਸੇਵਾ ਨਹੀਂ ਕਰਾਂਗੇ ਜੀ।
ਦਰਸ਼ਕੋ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਗ੍ਰੰਥੀ ਸਿੰਘਾਂ ਦੇ ਆਰਥਿਕ ਹਾਲਾਤ ਇੰਨੇ ਪਛੜ ਚੁੱਕੇ ਨੇ, ਇੰਨਾ ਉਹਨਾਂ ਦਾ ਜਿਹੜਾ ਕਿ ਲੈਵਲ ਉਹ ਬਹੁਤ ਪੱਧਰ ਨੀਵੇਂ ਤੱਕ ਜਾ ਚੁੱਕਾ, ਜਿੱਥੇ ਅਸੀਂ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਸਿੰਘ ਜੀ ਦੀ ਪਦਵੀ ਦੇ ਕੇ ਨਿਵਾਜਿਆ ਗਿਆ ਸੀ। ਅੱਜ ਉਹਨਾਂ ਦੇ ਹਾਲਾਤਾਂ ਨੂੰ ਅਸੀਂ ਸਭ ਤੋਂ ਉੱਪਰ ਚੁੱਕਣਾ ਸੀ, ਜਿੱਥੇ ਸਾਡੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਆਪਣੀ ਸੇਵਾ ਨਿਭਾਈ ਸੀ ਤਾਂ ਉਹਨਾਂ ਨੇ ਤੁੱਛ ਕੁ ਭੇਟਾ ਦੇ ਕੇ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਇਹ ਅਸੀਂ ਸੇਵਾ ਕਰਨ ਦੇ ਯੋਗ ਨਹੀਂ। ਪਰ ਤੁਸੀਂ ਬਹੁਤ ਵੱਡੀ ਸੇਵਾ ਅੱਜ ਨਿਭਾ ਰਹੇ ਹੋ, ਤਾਂ ਤੁਸੀਂ ਇਹ ਸੋਚੋ ਕਿ ਜਿੱਥੇ ਸਾਡੇ ਗੁਰੂ ਪਾਤਸ਼ਾਹਾਂ ਨੇ ਗੁਰੂ ਗ੍ਰੰਥੀ ਸਿੰਘਾਂ ਦਾ ਇੰਨਾ ਲੈਵਲ ਉੱਚਾ ਰੱਖਿਆ ਅਤੇ ਅੱਜ ਅਸੀਂ ਇੰਨੇ ਗਿਰ ਚੁੱਕੇ ਹਾਂ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਲੈਵਲ ਹੀ ਉੱਚਾ ਨਹੀਂ ਕਰ ਸਕਦੇ, ਕਿਉਂ ਸਾਡੀ ਸਿਰਮੋਰ ਜਥੇਬੰਦੀਆਂ ਇਸ ਚੀਜ਼ ਦੇ ਖਿਲਾਫ ਨਹੀਂ ਕੁਛ ਬੋਲਦੀਆਂ, ਕਿਉਂ ਉਹ ਆਪਣੇ ਸਰਕਾਰ ਇਸ ਦੇ ਖਿਲਾਫ ਨਹੀਂ ਬੋਲਦੇ। ਜਦੋਂ ਦੇਖੀਏ ਕਿ ਗੁਰੂ ਘਰ ਇੰਨੇ ਗੁਰੂ ਘਰ ਖੁੱਲ੍ਹ ਚੁੱਕੇ ਨੇ ਪਰ ਉੱਥੇ ਗ੍ਰੰਥੀ ਸਿੰਘ ਦਾ ਸਤਿਕਾਰ ਨਹੀਂ, ਉਹਨਾਂ ਦੇ ਆਰਥਿਕ ਹਾਲਾਤ ਨਹੀਂ ਸਹੀ। ਜੇ ਉਹ ਤਨਖਾਹਾਂ ਦੀ ਮੰਗ ਕਰਦੇ ਨੇ ਤਾਂ ਅੱਗੋਂ ਉਹਨਾਂ ਤੋਂ ਉਹਨਾਂ ਨੂੰ ਧਿਕਾਰਿਆ ਜਾਂਦਾ ਕਿ ਤੁਹਾਡੀਆਂ ਤਨਖਾਹਾਂ ਕਿਉਂ ਵਧਾਈਏ। ਬਹੁਤ ਮਾੜੇ ਹਾਲਾਤ ਹੋ ਚੁੱਕੇ ਨੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਸਾਨੂੰ ਸੋਚਣਾ ਪਏਗਾ, ਅੱਜ ਸਾਡੀ ਸਿੱਖ ਕੌਮ ਨੂੰ ਸੋਚਣਾ ਪਏਗਾ, ਸਾਰੀ ਸੰਗਤ ਨੂੰ ਇੱਕਜੁੱਟ ਹੋ ਕੇ ਇਸ ਚੀਜ਼ ਦਾ ਫੈਸਲਾ ਲੈਣਾ ਪਏਗਾ, ਨਹੀਂ ਕਿ ਨਹੀਂ ਤਾਂ ਆਉਣ ਵਾਲੇ ਭਵਿੱਖ ਵਿੱਚ ਅਸੀਂ ਗ੍ਰੰਥੀ ਸਿੰਘ ਲੱਭਣੇ ਸਾਨੂੰ ਮੁਸ਼ਕਲ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਜਿਵੇਂ ਤੁਸੀਂ ਇਹ ਹੋਸਪਿਟਲ ਦੇਖ ਰਹੇ, ਇੱਥੇ ਉਹ ਗ੍ਰੰਥੀ ਸਿੰਘ ਬੂਟਾ ਸਿੰਘ ਜਿਹੜੇ SCPC ਦੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸੀਗੇ, ਉਹਨਾਂ ਦਾ ਇੱਥੇ ਅਪਰੇਟ ਕੀਤਾ ਗਿਆ। ਇਹਨੂੰ ਲਾਈਫ ਹੋਸਪਿਟਲ ਤੁਸੀਂ ਦੇਖ ਸਕਦੇ ਹੋ, ਜਿਹੜਾ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ, ਔਰ ਨਾਲ ਸਾਡੇ ਸਿੱਖ ਰਿਲੀਫ UK ਸੰਸਥਾ ਦੇ ਮੈਂਬਰ ਵੀ ਨੇ ਜਿਨ੍ਹਾਂ ਨੇ ਅੱਜ ਖੁਦ ਪਹੁੰਚ ਕਰਕੇ ਉੱਥੇ ਅਪਰੇਟ ਸਕਸੈਸਫੁਲ ਕਰਵਾਇਆ, ਉਹਨਾਂ ਗ੍ਰੰਥੀ ਸਿੰਘ ਦੀ ਬਾਂਹ ਫੜੀ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਦੋਂ ਤੁਹਾਨੂੰ ਪਤਾ ਲੱਗਾ ਇਸ ਗ੍ਰੰਥੀ ਸਿੰਘ ਬਾਰੇ ਅਤੇ ਕਦੋਂ ਤੁਸੀਂ ਇਸ ਕੇਸ ਦੀ ਵਾਚ ਕੀਤਾ? ਭੈਣ ਜੀ, ਲਗਭਗ 20 ਦਿਨ ਹੀ ਹੋਏ ਆ। ਸਾਨੂੰ ਦੱਸਿਆ ਹੈ ਕਿ ਗ੍ਰੰਥੀ ਸਿੰਘ ਪਿਛਲੇ 1 ਸਾਲ ਤੋਂ ਜੋ ਕਿ ਮੰਜੇ ਦੇ ਵਿੱਚ ਬੈਠੇ ਨੇ ਇਹ, ਅਤੇ ਇਹਨਾਂ ਦਾ ਓਪਰੇਸ਼ਨ ਹੀ ਹੋ ਰਿਹਾ। SGPC ਦੇ ਮੈਂਬਰ ਨੇ ਅਤੇ ਅਸੀਂ ਆਪਣੀ ਸੰਸਥਾ ਦੇ ਨਾਲ ਗੱਲਬਾਤ ਕੀਤੀ, ਸਮੁੱਚੇ ਵੀਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਜ ਅਸੀਂ ਅੰਮ੍ਰਿਤਸਰ ਸਾਹਿਬ ਆ ਕੇ ਇੱਥੇ ਹੋਸਪਿਟਲ ਦੇ ਵਿੱਚ ਅੱਜ ਇਹਨਾਂ ਦਾ ਓਪਰੇਟ ਕਰਵਾਇਆ ਗਿਆ, ਜਿਹਦੇ ਵਿੱਚ 3.5 ਘੰਟੇ ਜੋ ਓਪਰੇਸ਼ਨ ਤਾਂ ਹੋਇਆ ਗਏ, ਹੁਣ ਲਗਭਗ ਬਿਲਕੁਲ ਬਹੁਤ ਵਧੀਆ ਇਹਦਾ ਓਪਰੇਸ਼ਨ ਹੋਇਆ ਗਾ। ਪਰ ਜਿੱਥੇ ਆਪਾਂ ਗੱਲ ਕਰਦੇ ਗ੍ਰੰਥੀ ਸਿੰਘਾਂ ਦਾ ਲੈਵਲ ਹੀ ਕਿਉਂ ਇੰਨਾ ਨੀਚੇ ਗਿਰਦਾ ਜਾ ਰਿਹਾ, ਕਿਉਂ ਨਹੀਂ ਸਾਡੀਆਂ ਕੋਈ ਸਿਰਮੋਰ ਜਥੇਬੰਦੀਆਂ ਜਾਂ ਕੋਈ ਸੰਸਥਾਵਾਂ ਇਸ ਦੀ ਸਾਰ ਲੈ ਰਹੀਆਂ ਨੇ? ਪੁਰਾਣੇ ਸਮੇਂ ਦੀ ਜੇ ਆਪਾਂ ਗੱਲ ਕਰੀਏ, ਬਾਬਾ ਬੁੱਢਾ ਜੀ ਦਾ ਰੁਤਬਾ ਸੀ, ਉਹ ਅੱਜ ਰੁਤਬਾ ਉਹ ਖਤਮ ਹੋ ਚੁੱਕਿਆ ਗਾ। ਅੱਜ ਗੁਰੂ ਘਰਾਂ ਦੇ ਵਿੱਚ ਜਿਹੜੇ ਰੁਤਬੇ ਆ ਗਏ, ਅੱਜ ਪ੍ਰਧਾਨ ਦੇ ਰੁਤਬੇ, ਖਜ਼ਾਨਚੀ ਦੇ ਰੁਤਬੇ ਕਹਿ ਸਕਦੇ ਹਾਂਗੇ ਜਾਂ ਮੈਨੇਜਰ ਦੇ ਰੁਤਬੇ ਆ, ਪਰ ਗੁਰੂ ਘਰ ਦੇ ਵਿੱਚ ਜਿਹੜਾ ਗ੍ਰੰਥੀ ਦੀ ਜਿਹੜੀ ਸੀ ਨਾ ਸਾਡੇ ਸਤਿਕਾਰਯੋਗ ਸੀ, ਉਹਦਾ ਕੋਈ ਸਤਿਕਾਰ ਨਹੀਂ ਰਹਿ ਗਿਆ। ਅੱਜ ਤੁਸੀਂ ਆ ਜੇ ਹਾਲਾਤ ਦੇਖੇ ਹੈਗੇ, ਲਗਭਗ ਪਿਛਲੇ 1 ਸਾਲ ਤੋਂ ਆਪਦੇ ਘਰ ਦੇ ਵਿੱਚ ਬੈਠਾ, ਕਿਸੇ ਨੇ ਸੰਭਾਲਿਆ ਨਹੀਂ। ਸਾਡੇ ਜਿਹੜੇ ਗ੍ਰੰਥੀ ਸਿੰਘ ਬਣ ਹੀ ਨਹੀਂ ਰਹੇ ਅੱਗੇ, ਅੱਗੇ ਜਨਰੇਸ਼ਨ ਕੀ ਕਰੂਗੀ ਜਿਹੜੇ ਸਿੱਖ ਹੀ ਨਹੀਂ ਸੰਭਾਲ ਰਹੇ? ਅਤੇ ਸਾਡਾ ਜਾਂ ਸਾਡੀ ਸੰਸਥਾ ਦਾ ਫਰਜ਼ ਬਣਦਾ ਸੀ, ਅੱਜ ਅਸੀਂ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਹਿੰਦੇ ਹਾਂਗੇ, ਉਹਦੇ ਮੁਤਾਬਕ ਅਸੀਂ ਅੱਜ ਇਹਨਾਂ ਦਾ ਓਪਰੇਸ਼ਨ ਕਰਵਾਇਆ ਗਾ। ਕਿੰਨਾ ਖਰਚਾ ਆ ਗਿਆ ਓਪਰੇਸ਼ਨ 'ਤੇ? ਲਗਭਗ ਜਿਹੜਾ ਇਹਦਾ 2.5 ਲੱਖ ਰੁਪਏ ਜਿਹੜਾ ਖਰਚਾ ਆਉਣਾ, ਕੁਝ ਅਸੀਂ ਕਿਹੜਾ ਖਰਚਾ ਇਹਨਾਂ ਨੂੰ ਦਿੱਤਾ, ਜੋ ਅਗਲਾ 1 ਓਪਰੇਸ਼ਨ ਹੋਰ ਆਉਣਾ ਗਾ ਉਹਦੇ ਵਾਸਤੇ ਵੀ ਅਸੀਂ ਸੰਗਤਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਬਲਵੀਰ ਸਿੰਘ ਬੈਂਸ ਇੰਗਲੈਂਡ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਗਾ। ਅੱਜ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦਾ ਬੇਟਾ ਵੀ ਨਾਲ ਆਇਆ ਹੋਇਆ। ਪਰ ਤੁਸੀਂ ਅੱਜ ਦੇ ਸਿੱਖੀ ਦੇ ਹਾਲਾਤਾਂ ਬਾਰੇ ਕੀ ਕਹਿਣਾ ਚਾਹੋਗੇ? ਸਿੱਖੀ ਦੇ ਹਾਲਾਤਾਂ ਦਾ ਮੈਂ ਬੁਰਾ ਹਾਲ ਹੀ ਕਹਿ ਸਕਦਾ, ਕਿਉਂਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ, ਜਿਹੜਾ ਇੱਕ ਵੱਡਾ ਰੁਤਬਾ ਸੀਗਾ, ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਸੀਗਾ, ਗੁਰਬਾਣੀ ਲੋਕਾਂ ਨੂੰ ਜਾਗਰੂਕ ਕਰਨਾ ਸੀਗਾ, ਉਹ ਆਪ ਹੀ ਜਿਹੜਾ ਦੀਵਾ ਆਪ ਹੀ ਬੁੱਝ ਚੁੱਕਿਆ ਗਾ, ਕਿਉਂਕਿ ਉਸੇ ਦੀਵੇ ਨੇ ਜਿਹੜੀ ਰੋਸ਼ਨੀ ਦੇਣੀ ਸੀ ਅਤੇ ਉਹ ਆਪ ਹੀ ਬੁਝਿਆ ਪਿਆ, ਅਤੇ ਦੂਜਿਆਂ ਨੂੰ ਕੀ ਅੱਜ ਅਸੀਂ ਸਿੱਖਿਆ ਦੇ ਸਕਦੇ ਹਾਂ। ਤੁਹਾਡੀ ਸੰਸਥਾ ਇਹ ਲੋੜਵੰਦਾਂ ਦੀ ਹੈਲਪ ਨਾਲ ਹੋਰ ਕੀ ਸੇਵਾਵਾਂ ਨਿਭਾ ਰਹੀ ਆ? ਇੱਥੇ ਜਿਵੇਂ ਕਿ ਆਪਣੇ ਸਿੱਖ ਸਿਆਸੀ ਕੈਦੀ ਬੰਦੀ ਸਿੰਘ ਜਿਹੜੇ ਪਿਛਲੇ 25-25-30-30 ਸਾਲ ਤੋਂ
ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਦੇ ਜਿਹੜੇ ਅਸੀਂ ਕੇਸ ਸੰਭਾਲ ਰਹੇ ਹਾਂ। ਲਗਭਗ ਹੁਣ ਤੱਕ 200 ਸਿੰਘ ਜਿਹੜਾ ਜੇਲ੍ਹ ਤੋਂ ਬਾਹਰ ਜਿਹੜਾ ਰਿਹਾ ਕਰਵਾਇਆ, ਨਾਲ ਉਹਨੂੰ ਕਾਰੋਬਾਰ ਦਿੱਤੇ ਗਏ, ਨਾਲ ਓਪਰੇਸ਼ਨ ਵੀ ਕਰਵਾ ਕੇ ਦਿੱਤੇ ਆ। ਜਿਵੇਂ ਅੱਜ ਇਹ ਲੋੜਵੰਦ ਬੂਟਾ ਸਿੰਘ ਸੀ, ਇਹਨਾਂ ਦਾ ਵੀ ਓਪਰੇਸ਼ਨ ਕਰਵਾਇਆ ਗਿਆ ਨਾਲ। ਕਿੰਨਾ ਟਾਈਮ ਹੋ ਗਿਆ ਤੁਹਾਡੀ ਸੰਸਥਾ ਨੂੰ ਇਹ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ? ਜੇ ਅਸੀਂ ਹੋਰ ਸੰਸਥਾਵਾਂ ਦੀ ਗੱਲ ਕਰਦੇ ਹਾਂ, ਉਹ ਕਿਉਂ ਨਹੀਂ ਉੱਭਰ ਕੇ ਆ ਰਹੀ ਹੈ? ਤੁਹਾਡੀ ਹੀ ਸੰਸਥਾ ਕਿਉਂ ਹਰ ਜਗ੍ਹਾ ਦੇਖਣ ਨੂੰ ਮਿਲਦੀ ਹੈ, ਹਰ ਥਾਂ ਖੜੀ ਵੇਖਦੀ ਹੈ? ਕਿਉਂਕਿ ਜੀ ਅੱਜ ਵੱਡੇ ਵੱਡੇ ਜਿਹੜੇ ਕੀਰਤਨ ਦਰਬਾਰ ਹੋ ਰਹੇ, ਲੰਗਰ ਲੱਗ ਰਹੇ ਆ, ਪਰ ਅੱਜ ਲੰਗਰ ਕਿਸ ਚੀਜ਼ ਦਾ ਲੋੜ ਸੀ? ਅੱਜ ਲੰਗਰ ਦੀ ਲੋੜ ਸੀਗੀ ਓਪਰੇਸ਼ਨਾਂ ਦੇ ਲੰਗਰ ਦੀ, ਮੈਡੀਕਲ ਦੀ ਲੋੜ ਸੀ, ਟੈਸਟਾਂ ਦੀ ਲੋੜ ਸੀ। ਅੱਜ ਜਿਹੜੇ ਲੰਗਰ ਆ ਜਿਹੜੇ ਜ਼ਿਆਦਾ ਲੱਗ ਰਹੇ ਨੇ, ਪਰ ਜਿਹੜੀ ਗੁਰਸਿੱਖੀ ਦੇ ਜਿਹੜੇ ਬੂਟੇ ਨੂੰ ਜਿਹੜਾ ਉਹ ਮੁਰਝਾਇਆ ਜਾ ਰਿਹਾ ਹੈਗਾ, ਅੱਜ ਜਿਹੜੇ ਗੁਰਸਿੱਖ ਸੀ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਖਤਮ ਹੋ ਚੁੱਕੀ ਆ, ਜਿਹਦੇ ਕਰਕੇ ਅੱਜ ਲੋਕ ਪਿੱਛੇ ਨੂੰ ਜਾ ਰਹੇ, ਡੇਰਾਵਾਦ ਵਾਲੇ ਇਸੇ ਕਰਕੇ ਲੋਕ ਜੁੜ ਰਹੇ ਨੇ। ਡੇਰੇ ਵਾਲੇ ਜਿਹੜੇ ਕੀ ਕਰਦੇ ਆ, ਉਹਨਾਂ ਗਰੀਬ ਲੋਕਾਂ ਦੀ ਜਿਹੜੀ ਬਾਂਹ ਫੜ ਰਿਹਾ। ਅੱਜ ਗੁਰੂ ਦੀ ਗੋਲਕ ਦਾ ਜਿਹੜਾ ਵਰਤੋਂ, ਅੱਜ ਬਾਦਲ ਲਾਣਾ ਜਾਂ ਦੂਜੇ ਹੈਗੇ ਉਹ ਅੱਜ ਵਰਤੋਂ ਕਰ ਰਹੇ, ਜਿਹੜੇ ਸਿੱਖ ਜਿਹੜੇ ਸਿੱਖਾਂ ਨੇ ਇੰਨੀਆਂ ਘਾਲ ਕਮਾਈਆਂ ਕੀਤੀਆਂ, ਅੱਜ ਉਹਨਾਂ ਦੀ ਜਿਹੜੀ ਗੋਲਕ ਦੀ ਦੁਰਵਰਤੋਂ ਹੋ ਰਹੀ ਆ। ਵੱਡੀਆਂ ਵੱਡੀਆਂ ਜਿਹੜੀਆਂ ਪਾਰਟੀਆਂ ਕਾਨਫਰੰਸਾਂ ਦੇ ਵਿੱਚ ਜਾ ਕੇ ਲੰਗਰ ਜਿਹੜਾ ਗੁਰੂ ਘਰਾਂ ਵਿੱਚ ਜਾ ਕੇ ਵਰਤਿਆ ਜਾ ਰਿਹਾ। ਆ ਸਾਡੀ ਕੌਮ ਦਾ ਫਰਜ਼ ਬਣਦਾ ਸੀ ਕਿ ਇਹੋ ਜਿਹੇ ਗੁਰਸਿੱਖਾਂ ਦੇ, ਇਹੋ ਜਿਹੇ ਲੋੜਵੰਦ ਦੀ ਜਿਹੜੀ ਉਹਨਾਂ ਦੀ ਮਦਦ ਕਰਨ ਦੀ ਲੋੜ ਸੀ ਅੱਜ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਦੀ ਸਿੱਖ ਰਿਲੀਫ ਯੂਕੇ ਸੰਸਥਾ ਦਾ ਧੰਨਵਾਦ, ਜਿਹੜੇ ਆਪਣੇ ਫਰਜ਼ ਨੂੰ ਸਮਝਦਿਆਂ ਹੋਏ ਅੱਜ ਉਹ ਗ੍ਰੰਥੀ ਸਿੰਘਾਂ ਦੇ ਲੈਵਲ ਨੂੰ ਉੱਪਰ ਚੁੱਕ ਰਹੇ ਨੇ। ਆਪ ਜੀ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਾੜੇ ਹਾਲਾਤ ਨੇ ਜੀ, ਤਨਖਾਹਾਂ ਵੀ ਜਿੱਥੇ ਵੀ ਪੁੱਛ ਲਓ 3000 4000 5000 ਤੋਂ ਜ਼ਿਆਦਾ ਤਨਖਾਹ ਨਹੀਂ, ਰਿਹਾਇਸ਼ ਨਹੀਂ ਬਿਲਕੁਲ ਠੀਕ, ਰਿਹਾਇਸ਼ ਨਹੀਂ, ਬੁਰੇ ਹਾਲਾਤ ਨੇ ਜੀ। ਕੋਈ ਵੀ ਗ੍ਰੰਥੀ ਬਣਨ ਦੇ ਲਈ ਤਿਆਰ ਨਹੀਂ, ਮੈਂ ਖੁਦ ਗ੍ਰੰਥੀ ਬਣਨ ਦੇ ਲਈ ਤਿਆਰ ਨਹੀਂ ਜੀ, ਪਰ ਮੇਰੇ ਪਿਤਾ ਜੀ ਗ੍ਰੰਥੀ ਨੇ, ਪਰ ਮੈਂ ਤਿਆਰ ਨਹੀਂ ਹੈਗਾ ਜੀ ਗ੍ਰੰਥੀ ਬਣਨ ਦੇ ਲਈ। ਕਿਉਂ ਤੁਸੀਂ ਸਿੱਖ ਸੰਸਥਾ ਨਾਲ ਜੁੜੇ ਹੋਏ ਹਾਂ? ਸਿੱਖੀ ਦਾ ਰੂਪ ਧਾਰਨ ਕੀਤਾ ਸੀ, ਅਸੀਂ ਸਿੱਖੀ ਸੰਸਥਾ ਨਾਲ ਜੁੜੇ ਰਹਾਂਗੇ, ਪਰ ਅਸੀਂ ਇਸ ਨੂੰ ਰੁਜ਼ਗਾਰ ਸਮਝ ਕੇ ਸੇਵਾ ਨਹੀਂ ਕਰਾਂਗੇ ਜੀ। ਹਾਂਜੀ ਦਰਸ਼ਕੋ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਗ੍ਰੰਥੀ ਸਿੰਘਾਂ ਦੇ ਆਰਥਿਕ ਹਾਲਾਤ ਇੰਨੇ ਪਛੜ ਚੁੱਕੇ ਨੇ, ਇੰਨਾ ਉਹਨਾਂ ਦਾ ਜਿਹੜਾ ਕਿ ਲੈਵਲ ਉਹ ਬਹੁਤ ਪੱਧਰ ਨੀਵੇਂ ਤੱਕ ਜਾ ਚੁੱਕਾ, ਜਿੱਥੇ ਅਸੀਂ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਸਿੰਘ ਜੀ ਦੀ ਪਦਵੀ ਦੇ ਕੇ ਨਿਵਾਜਿਆ ਗਿਆ ਸੀ, ਅੱਜ ਉਹਨਾਂ ਦੇ ਹਾਲਾਤਾਂ ਨੂੰ ਅਸੀਂ ਸਭ ਤੋਂ ਉੱਪਰ ਚੁੱਕਣਾ ਸੀ। ਜਿੱਥੇ ਸਾਡੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਆਪਣੀ ਸੇਵਾ ਨਿਭਾਈ ਸੀ, ਤਾਂ ਉਹਨਾਂ ਨੇ ਤੁੱਛ ਕੁ ਭੇਟਾ ਦੇ ਕੇ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਇਹ ਅਸੀਂ ਸੇਵਾ ਕਰਨ ਦੇ ਯੋਗ ਨਹੀਂ, ਪਰ ਤੁਸੀਂ ਬਹੁਤ ਵੱਡੀ ਸੇਵਾ ਅੱਜ ਨਿਭਾ ਰਹੇ ਹੋ, ਤਾਂ ਤੁਸੀਂ ਇਹ ਸੋਚੋ ਕਿ ਜਿੱਥੇ ਸਾਡੇ ਗੁਰੂ ਪਾਤਸ਼ਾਹਾਂ ਨੇ ਗੁਰੂ ਗ੍ਰੰਥੀ ਸਿੰਘਾਂ ਦਾ ਇੰਨਾ ਲੈਵਲ ਉੱਚਾ ਰੱਖਿਆ, ਅਤੇ ਅੱਜ ਅਸੀਂ ਇੰਨੇ ਗਿਰ ਚੁੱਕੇ ਹਾਂ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਲੈਵਲ ਹੀ ਉੱਚਾ ਨਹੀਂ ਕਰ ਸਕਦੇ, ਕਿਉਂ ਸਾਡੀ ਸਿਰਮੋਰ ਜਥੇਬੰਦੀਆਂ ਇਸ ਚੀਜ਼ ਦੇ ਖਿਲਾਫ ਨਹੀਂ ਕੁਝ ਬੋਲਦੀਆਂ, ਕਿਉਂ ਉਹ ਆਪਣੇ ਸਰਕਾਰ ਇਸ ਦੇ ਖਿਲਾਫ ਨਹੀਂ ਬੋਲਦੇ? ਜਦੋਂ ਦੇਖੀਏ ਕਿ ਗੁਰੂ ਘਰ ਇੰਨੇ ਗੁਰੂ ਘਰ ਖੁੱਲ੍ਹ ਚੁੱਕੇ ਨੇ, ਪਰ ਉੱਥੇ ਗ੍ਰੰਥੀ ਸਿੰਘ ਦਾ ਸਤਿਕਾਰ ਨਹੀਂ, ਉਹਨਾਂ ਦੇ ਆਰਥਿਕ ਹਾਲਾਤ ਨਹੀਂ ਸਹੀ, ਜੇ ਉਹ ਤਨਖਾਹਾਂ ਦੀ ਮੰਗ ਕਰਦੇ ਨੇ ਤਾਂ ਅੱਗੋਂ ਉਹਨਾਂ ਤੋਂ ਉਹਨਾਂ ਨੂੰ ਧਿਕਾਰਿਆ ਜਾਂਦਾ ਕਿ ਤੁਹਾਡੀਆਂ ਤਨਖਾਹਾਂ ਕਿਉਂ ਵਧਾਈਏ। ਬਹੁਤ ਮਾੜੇ ਹਾਲਾਤ ਹੋ ਚੁੱਕੇ ਨੇ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਸਾਨੂੰ ਸੋਚਣਾ ਪਏਗਾ, ਅੱਜ ਸਾਡੀ ਸਿੱਖ ਕੌਮ ਨੂੰ ਸੋਚਣਾ ਪਏਗਾ, ਸਾਰੀ ਸੰਗਤ ਨੂੰ ਇੱਕਜੁੱਟ ਹੋ ਕੇ ਇਸ ਚੀਜ਼ ਦਾ ਫੈਸਲਾ ਲੈਣਾ ਪਏਗਾ, ਨਹੀਂ ਕਿ ਨਹੀਂ ਤਾਂ ਆਉਣ ਵਾਲੇ ਭਵਿੱਖ ਵਿੱਚ ਅਸੀਂ ਗ੍ਰੰਥੀ ਸਿੰਘ ਲੱਭਣੇ ਸਾਨੂੰ ਮੁਸ਼ਕਲ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।